ਅਸੀਂ ਕਰ ਰਹੇ ਹਾਂ ਕਲਾਸ 10th ਚੈਪਟਰ 4th ਕੁਆਡਰੇਟਿਕ ਕੁਐਸਚਨ ਐਕਸਰਸਾਈਜ਼ ਚੱਲ ਰਹੀ ਸਾਡੇ ਕੋਲ 4.3 ਜਿਸ ਤੇ ਅਸੀਂ ਕੁਐਸਚਨ ਫਸਟ ਦੇ ਦੋ ਪਾਰਟ ਜਿਹੜੇ ਕਰ ਚੁੱਕੇ ਹਾਂ ਤੇ ਹੁਣ ਅਸੀਂ ਕਰਨ ਜਾ ਰਹੇ ਹਾਂ ਸਟਾਰਟ ਕੁਐਸਚਨ ਦਾ ਫਸਟ ਦਾ ਪਾਰਟ 3rd ਜੋ ਹੈ ਸਾਡੇ ਕੋਲ 4x ਸਕੁਅਰ ਪਲੱਸ 4 ਰੂਟ 3x ਪਲੱਸ 3 ਇਜ਼ ਇਕੁਅਲ ਟੂ 0। ਹੁਣ ਸਾਡੇ ਕੋਲ ਦਿੱਤਾ ਹੋਇਆ ਹੈ ਇੱਕ ਕੁਆਡਰੇਟਿਕ ਕੁਐਸਚਨ ਜਿਸ ਦੇ ਵਿੱਚ ਸਾਡੇ ਕੋਲ ਕੀ ਦਿੱਤਾ ਹੋਇਆ ਅਸੀਂ ਵੇਖਦੇ ਹਾਂ। ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ ਸਮੀਕਰਨ ਦੀ ਤੁਲਨਾ ਏ ਐਕਸ ਸਕੁਅਰ ਪਲੱਸ ਬੀ ਐਕਸ ਪਲੱਸ ਸੀ ਨਾਲ। ਸੋ ਜਦੋਂ ਅਸੀਂ ਤੁਲਨਾ ਕਰਦੇ ਹਾਂ ਜਾਂ ਕੰਪੇਅਰ ਕਰਦੇ ਹਾਂ ਇਸਨੂੰ ਐਕਸ ਸਕੁਅਰ ਨਾਲ ਏ ਪਿਆ ਹੈ ਸਾਡੇ ਕੋਲ ਏ ਕੀ ਆ ਜਾਂਦਾ ਹੈ 4, ਬੀ ਆ ਜਾਏਗਾ ਸਾਡੇ ਕੋਲ 4√3 ਅਤੇ ਸਾਡੇ ਕੋਲ ਸੀ ਆ ਜਾਂਦਾ ਹੈ 3। ਸੋ ਇਸ ਤੋਂ ਬਾਅਦ ਸਾਡੇ ਕੋਲ ਹੁੰਦਾ ਹੈ ਸਾਡਾ ਡਿਸਕ੍ਰਿਮੀਨੈਂਟ ਦਾ ਫਾਰਮੂਲਾ ਡੀ ਇਜ਼ ਇਕੁਅਲ ਟੂ ਬੀ ਸਕੇਅਰ ਮਾਈਨਸ 4ac। ਸੋ ਬੀ ਕਿੰਨਾ ਸਾਡੇ ਕੋਲ 4√3 ਦਾ ਸਕੇਅਰ ਮਾਈਨਸ 4, ਏ ਕਿੰਨਾ ਸਾਡੇ ਕੋਲ 4, ਸੀ ਕਿੰਨਾ ਸਾਡੇ ਕੋਲ 3। ਸੋ ਇਸ ਦਾ ਸਕੇਅਰ ਕਰਨਾ ਅਸੀਂ ਕਿਸ ਤਰ੍ਹਾਂ ਕਰਦੇ ਹਾਂ, 4 ਦਾ ਸਕੇਅਰ ਅਲੱਗ ਕਰ ਦਿਓ, √3 ਦਾ ਸਕੇਅਰ ਜਿਹੜਾ ਉਹ ਅਲੱਗ ਕਰ ਦਿਓ। ਮਾਈਨਸ ਕੀ ਆਉਂਦਾ 4 × 16, 16 × 30, 48। ਇਹ ਦੇਖੋ 4 × 16। ਹੁਣ ਰੂਟ ਦਾ ਸਕੇਅਰ ਹੋਵੇ ਤਾਂ ਸਾਨੂੰ ਪਤਾ ਇਹ ਕੈਂਸਲ ਹੋ ਜਾਂਦਾ ਹੈ। ਸੋ ਸਾਡੇ ਕੋਲ ਇੱਥੇ ਰਹਿ ਗਿਆ 3 ਮਾਈਨਸ 48। ਸੋ 16, 30, 48 ਆ ਗਿਆ ਸਾਡੇ ਕੋਲ ਵੀ। ਸੋ ਸਾਡੇ ਕੋਲ ਆ ਗਿਆ 48 − 48, ਇਹਦਾ ਮਤਲਬ ਸਾਡੇ ਕੋਲ ਆ ਜਾਂਦਾ ਹੈ 0 = 0। ਸੋ ਜਦੋਂ ਸਾਡੇ ਕੋਲ ਆ ਗਿਆ 0 = 0, ਇਸਦਾ ਮਤਲਬ ਇਹ ਹੋ ਗਿਆ ਦੇਅਰ ਫੋਰ ਦੇਅਰ ਡੀ ਇਜ਼ ਇਕੁਅਲ ਟੂ ਸਾਡੇ ਕੋਲ ਆ ਜਾਂਦਾ ਹੈ 0। ਸੋ ਜਦੋਂ ਵੀ ਸਾਡੇ ਕੋਲ ਡੀ 0 ਆਉਂਦਾ ਹੈ ਤਾਂ ਸਾਨੂੰ ਪਤਾ ਕਿ ਜੋ ਵੀ ਰੂਟਸ ਆਣਗੇ ਸਾਡੇ ਕੋਲ ਇਕੁਏਸ਼ਨ ਦੇ ਉਹ ਰੂਟਸ ਜਿਹੜੇ ਨੇ ਸੇਮ ਆਣਗੇ, ਇਹਦਾ ਮਤਲਬ ਕਿ ਸਾਡੇ ਕੋਲ ਇੱਕ ਰੂਟ ਜਿਹੜਾ ਕਿ ਆਵੇਗਾ। ਸੋ ਅਸੀਂ ਲਿਖਦੇ ਹਾਂ ਸਮੀਕਰਨ ਦੇ ਮੂਲ ਵਾਸਤਵਿਕ ਸੰਭਵ ਅਤੇ ਬਰਾਬਰ ਹਨ। ਬਰਾਬਰ ਇਸ ਕਰਕੇ ਲਿਖਦੇ ਹਾਂ ਕਿਉਂਕਿ ਸਾਡੇ ਕੋਲ ਬਰਾਬਰ 0 ਆਉਂਦਾ ਹੈ। ਸੋ ਇਹਦੇ ਰੂਟ ਕੀ ਹੋ ਗਿਆ ਸੰਭਵ। ਜਦੋਂ ਰੂਟ ਸੰਭਵ ਹੋ ਜਾਂਦੇ ਹਨ ਸਾਡੇ ਕੋਲ, ਫਿਰ ਅਸੀਂ ਕਿਹੜਾ ਮੈਥਡ ਆਪਣਾ ਜਿਹੜਾ ਲਗਾਉਂਦੇ ਹਾਂ ਪਰਫੈਕਟ ਸਕੇਅਰ ਮੈਥਡ। ਸੋ ਲਗਾਉਂਦੇ ਹਾਂ ਪਰਫੈਕਟ ਸਕੇਅਰ ਮੈਥਡ, ਕਿਸ ਦੇ ਉੱਪਰ ਲਗਾਉਣਾ ਹੈ ਅਸੀਂ 4x² + 4√3x + 3 = 0 ਤੇ। ਸੋ ਸਭ ਤੋਂ ਪਹਿਲਾਂ ਅਸੀਂ ਇਹ ਕਰਨਾ ਹੈ ਇਹ ਜੋ ਐਕਸ ਸਕੇਅਰ ਦਾ ਕੋਐਫੀਸ਼ੀਐਂਟ ਹੈ 4, ਇਸਨੂੰ ਅਸੀਂ 1 ਬਣਾਉਣਾ ਹੈ। ਉਸਨੂੰ 1 ਬਣਾਉਣ ਦੇ ਲਈ ਅਸੀਂ ਕਰਦੇ ਹਾਂ ਸਾਰੀ ਇਕੁਏਸ਼ਨ ਨੂੰ 4 ਦੇ ਨਾਲ ਡਿਵਾਈਡ ਕਰਨਾ ਹੈ। ਧਿਆਨ ਕਰਨਾ ਹੈ ਕਿ ਸਾਰੀ ਇਕੁਏਸ਼ਨ ਨੂੰ 4 ਦੇ ਨਾਲ ਡਿਵਾਈਡ ਕਰਨਾ ਹੈ। ਕਰਦੇ ਹਾਂ 4x² + 4√3/4x + 3/4 = 0। ਇਹ ਸਾਡੇ ਕੋਲ ਸਟੈਪ ਫਸਟ ਸੀਗਾ ਸਾਡਾ, ਡਿਵਾਈਡ ਕੀਤਾ, 4 ਨਾਲ 4 ਕੈਂਸਲ, ਇੱਥੇ 4 ਨਾਲ 4 ਕੈਂਸਲ ਹੋ ਗਿਆ। ਸਾਡੇ ਕੋਲ ਵੀ ਬਚਦਾ ਹੈ x² + √3x + 3/4 = 0। ਸੋ ਸਟੈਪ 2 'ਚ ਕੀ ਕਰਨਾ ਹੈ, ਜੋ ਵੀ ਸਾਡੇ ਕੋਲ ਕੋਂਸਟੈਂਟ ਹੈ ਮਤਲਬ ਕਿ 3/4 ਜਿਸ ਦੇ ਨਾਲ ਕੋਈ ਵੀ ਵੇਰੀਏਬਲ ਜਾਂ ਐਕਸ ਵਾਈ ਨਹੀਂ ਲੱਗਾ ਹੋਇਆ, ਉਸਨੂੰ ਅਸੀਂ 0 ਵਾਲੀ ਸਾਈਡ 'ਤੇ ਲਿਖਣਾ ਹੈ। ਕਿਸ ਤਰ੍ਹਾਂ ਲਿਖਦੇ ਹਾਂ x² + √3x, ਦੇਖੋ ਪਲੱਸ ਦੀ ਵੈਲਿਊ ਹੈ, ਇਸ ਸਾਈਡ ਸਾਡੇ ਕੋਲ ਲਿਖੀ ਜਾਏਗੀ ਮਾਈਨਸ ਦੇ ਵਿੱਚ ਕਿਉਂਕਿ ਸਾਈਨ ਸਾਡੇ ਕੋਲ ਚੇਂਜ ਹੁੰਦਾ ਹੈ। ਇਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਕਿ ਜੋ ਵੀ ਐਕਸ ਦੇ ਨਾਲ ਪਿਆ ਹੈ ਸਾਡੇ ਕੋਲ √3 ਪਿਆ ਹੈ ਨਾ, ਬੀ ਇਸਨੂੰ ਮੰਨਦੇ ਹਾਂ ਅਸੀਂ, ਇਸਦਾ ਅਸੀਂ ਹਾਫ ਕਰਨਾ ਹੈ, ਵਰਗਮੂਲ 3 ਦਾ ਅੱਧ ਕਰਨਾ ਹੈ। ਅੱਧ ਦਾ ਮਤਲਬ ਇਸਨੂੰ ਅਸੀਂ 2 ਦੇ ਨਾਲ ਡਿਵਾਈਡ ਕਰ ਦੇਣਾ ਹੈ, ਇਹ ਆ ਗਿਆ। ਇਸ ਤੋਂ ਬਾਅਦ ਅਸੀਂ ਕਰਨਾ ਹੈ ਵਰਗਮੂਲ 3/2 ਦਾ ਵਰਗ। ਸੋ ਵਰਗ ਕਰਨ ਦਾ ਮਤਲਬ ਵਰਗਮੂਲ 3/2 ਇਸਦਾ ਸਾਰੇ ਦਾ ਵਰਗ ਕੀਤਾ। ਸੋ √3 ਦਾ ਵਰਗ ਸਾਡੇ ਕੋਲ ਅਤੇ 2 ਦਾ ਵਰਗ, ਇਹ ਵਰਗ ਕੱਟਿਆ ਗਿਆ ਸਾਡੇ ਕੋਲ ਆ ਗਿਆ 3/2 × 4, 3/4 ਆ ਜਾਂਦਾ ਹੈ। ਸੋ ਜੋ ਕੁਐਸਚਨ ਸਾਡੇ ਕੋਲ ਸਟੈਪ 2 ਚ ਬਣਦੀ ਹੈ ਇਸਨੂੰ ਅਸੀਂ ਸਟਾਰ ਮੰਨ ਲੈਂਦੇ ਹਾਂ ਜਾਂ 1, 2, 3 ਕੁਛ ਵੀ ਮੰਨ ਲਓ। ਹੁਣ ਅਸੀਂ ਕਰਨਾ ਹੈ 3/4 ਨੂੰ ਸਟਾਰ ਵਿੱਚ ਦੋਵਾਂ ਪਾਸੇ ਜੋੜੋ, ਮਤਲਬ ਕਿ ਇਸਨੂੰ ਅਸੀਂ ਐਡ ਕਰ ਦੇਣਾ ਹੈ ਇਸਦੇ ਦੋਵਾਂ ਸਾਈਡ 'ਤੇ, ਖੱਬੇ ਪਾਸੇ ਵੀ ਅਤੇ ਸੱਜੇ ਪਾਸੇ ਵੀ। ਖੱਬੇ ਪਾਸੇ ਕਰਦੇ ਹਾਂ ਅਸੀਂ x² + √3x + ਆ ਗਿਆ ਸਾਡੇ ਕੋਲ 3/4, ਬਰਾਬਰ ਆਏਗਾ ਸਾਡੇ ਕੋਲ −3/4 + 3/4। ਹੁਣ ਦੇਖੋ ਸਾਡੇ ਕੋਲ ਇਸ 'ਤੇ ਰਾਈਟ ਹੈਂਡ ਸਾਈਡ 'ਤੇ ਕੀ ਹੋ ਜਾਂਦਾ ਹੈ ਕਿ ਦੋ ਫੈਕਟਰ ਆਉਂਦੇ ਹਨ, ਦੋਵੇਂ ਸੇਮ ਹਨ 3/4, 3/4।
ਸੋ ਇੱਕ ਮਾਈਨਸ ਇੱਕ ਪਲੱਸ ਇਹ ਤਾਂ ਮਤਲਬ ਸਾਡੇ ਕੋਲ ਕੈਂਸਲ ਹੋ ਗਏ ਕੱਟੇ ਗਏ ਸਾਡੇ ਕੋਲ ਬਚਦਾ ਹੈ ਐਕਸ ਸਕੇਅਰ ਪਲੱਸ ਰੂਟ 3x ਪਲੱਸ 3/4 ਇਜ਼ ਇਕੁਅਲ ਟੂ 0 0 ਬਚ ਗਿਆ ਸਾਡੇ ਕੋਲ ਹੁਣ ਇਸ ਨੂੰ ਦੇਖੋ ਸਾਡੇ ਕੋਲ ਕੀ ਆਉਂਦਾ ਹੈ ਇਸ ਦੇ ਵਿੱਚ ਅਸੀਂ ਪਹਿਲਾਂ ਤਾਂ ਇੱਕ ਜਿਹੜਾ ਐਕਸ ਸਕੇਅਰ ਦਿੱਤਾ ਇਹ ਵਾਲਾ ਫੈਕਟਰ ਲੈਣਾ ਹੈ ਇਕੱਲਾ ਐਕਸ ਲੈਣਾ ਹੈ ਸਕੇਅਰ ਨਹੀਂ ਲੈਣਾ ਹੈ ਅਤੇ ਪਲੱਸ ਨਾਲ ਕੀ ਲੈਣਾ ਹੈ ਅਸੀਂ ਜੋ ਵੀ ਸਾਡੇ ਕੋਲ ਵਰਗਮੂਲ 3 ਦਾ ਅੱਧ ਹੁੰਦਾ ਹੈ ਉਸਨੂੰ ਅਸੀਂ ਇੱਥੇ ਲਿਖ ਲੈਣਾ ਹੈ ਇੱਥੇ ਲਿਖਦੇ ਅਸੀਂ ਵਰਗਮੂਲ 3/2 ਸੋ ਇੱਥੇ ਕਿਹੜਾ ਸਾਈਨ ਲਿਖਣਾ ਹੈ ਪਲੱਸ ਜਾਂ ਮਾਈਨਸ ਉਹ ਤੁਹਾਨੂੰ ਇਹ ਵਾਲੀ ਇਕੁਏਸ਼ਨ ਜਿਹੜੀ ਦੱਸੇਗੀ ਐਕਸ ਦੇ ਨਾਲ ਦੇਖੋ ਇਹ ਵਾਲੀ ਐਕਸ ਵਾਲੀ ਜਿਹੜੀ ਟਰਮ ਹੁੰਦੀ ਇੱਥੇ ਜੋ ਪਲੱਸ ਹੋਵੇ ਤਾਂ ਇੱਥੇ ਤੁਸੀਂ ਪਲੱਸ ਲਿਖਣਾ ਜੇ ਅਗਰ ਮਾਈਨਸ ਹੋਵੇ ਤਾਂ ਇੱਥੇ ਤੁਸੀਂ ਮਾਈਨਸ ਲਿਖਣਾ ਹੈ ਹੁਣ ਦੇਖੋ ਸਾਡੇ ਕੋਲ ਕਿਹੜੀ ਟਰਮ ਫਾਰਮੂਲਾ ਇੱਧਰ ਲਿਖੇ ਹੋਏ ਨੇ ਅਸੀਂ ਦੋ ਫਾਰਮੂਲੇ ਲਿਖੇ ਆ ਸੋ ਸਾਡੇ ਕੋਲ ਕਿਹੜੀ ਆਈਡੈਂਟੀ ਜਾਂ ਤਸਮਕ ਜਿਹੜਾ ਲੱਗੇਗਾ ਪਲੱਸ ਵਾਲਾ ਲੱਗੇਗਾ ਹੁਣ ਅਸੀਂ ਇਸਨੂੰ ਵਰਕ ਕਰਦੇ ਹਾਂ ਬਰਾਬਰ ਕਰਦੇ ਹਾਂ 0 ਇਸ ਨੂੰ ਸੋਲਵ ਕਰੋ ਵੇਖਦੇ ਹਾਂ ਕੀ ਆਉਂਦਾ ਹੈ ਐਕਸ ਪਲੱਸ ਵਰਗਮੂਲ 3/2 ਸਾਰੇ ਦਾ ਵਰਗ ਇਹ ਆ ਗਿਆ ਐਕਸ ਸਕੇਅਰ ਪਲੱਸ 2ab 2a ਕਿੰਨਾ ਹੈ ਐਕਸ ਬੀ ਕਿੰਨਾ ਹੈ ਰੂਟ 3/2 ਅਤੇ ਸਾਡੇ ਕੋਲ ਬੀ ਕਿੰਨਾ ਹੈ ਵਰਗਮੂਲ 3 ਦਾ ਵਰਗ 3/2 ਦਾ ਵਰਗ ਇਹ ਆ ਗਿਆ ਸਾਡੇ ਕੋਲ ਐਕਸ ਸਕੇਅਰ 2/2 ਕੈਂਸਲ ਹੋ ਗਿਆ ਸਾਡੇ ਕੋਲ ਆਉਂਦਾ ਹੈ ਰੂਟ 3x ਇਹ ਆ ਗਿਆ ਸਾਡੇ ਕੋਲ ਕੈਂਸਲ ਹੋ ਗਿਆ ਰੂਟ ਸਾਡੇ ਕੋਲ ਹੈਗਾ 3/4 ਸੋ ਦੇਖੋ ਐਕਸ ਸਕੇਅਰ ਪਲੱਸ ਰੂਟ 3x ਪਲੱਸ 3/4 ਇਹੀ ਚੀਜ਼ ਆ ਜਾਂਦੀ ਹੈ ਸੋ ਇਸ ਦੀ ਜਗ੍ਹਾ 'ਤੇ ਅਸੀਂ ਕੀ ਲਿਖਿਆ ਰੀਪਲੇਸ ਕਰਤਾ ਐਕਸ ਪਲੱਸ ਰੂਟ 3/2 ਇਸ ਤੋਂ ਬਾਅਦ ਅਸੀਂ ਕਰਦੇ ਹਾਂ ਐਕਸ ਪਲੱਸ ਰੂਟ 3/2 ਹੁਣ ਜਿਹੜਾ ਵਰਗ ਦਿੱਤਾ ਹੈ ਸਾਡੇ ਕੋਲ ਇਸ ਸਾਈਡ 'ਤੇ ਜਾ ਕੇ ਸਾਨੂੰ ਪਤਾ ਕੀ ਹੁੰਦਾ ਹੈ ਵਰਗਮੂਲ ਬਣਦਾ ਹੈ 0 ਦਾ ਅਤੇ ਨਾਲ ਸਾਡੇ ਕੋਲ ਪਲੱਸ ਮਾਈਨਸ ਦੇ ਵਿੱਚ ਦੋ ਰੂਟਸ ਜਿਹੜੇ ਕਿ ਆਣਗੇ ਸੋ ਸਾਡੇ ਕੋਲ ਇਹ ਕੀ ਆ ਜਾਂਦਾ ਹੈ ਐਕਸ ਪਲੱਸ ਰੂਟ 3/2 ਬਰਾਬਰ 0 ਇੱਕ ਵਾਰੀ ਪਲੱਸ 0 ਦੇ ਬਰਾਬਰ ਇੱਕ ਵਾਰੀ ਕਰਦੇ ਹਾਂ ਐਕਸ ਪਲੱਸ ਰੂਟ 3/2 ਮਾਈਨਸ 0 ਦੇ ਬਰਾਬਰ ਸੋ ਇੱਥੇ ਸਾਡੇ ਕੋਲ ਕੀ ਆਉਂਦਾ ਹੈ ਐਕਸ ਬਰਾਬਰ ਦੇਖੋ ਪਲੱਸ ਹੈ ਇਸ ਸਾਈਡ 'ਤੇ ਜਾ ਕੇ ਸਾਡੇ ਕੋਲ ਗਿਆ ਮਾਈਨਸ 3/2 ਇੱਕ ਤਾਂ ਰੂਟ ਸਾਡੇ ਕੋਲ ਆ ਗਿਆ ਇਹ ਵਾਲਾ ਦੂਸਰਾ ਆਉਂਦਾ ਸਾਡੇ ਕੋਲ ਐਕਸ ਬਰਾਬਰ ਮਾਈਨਸ 0 ਮਾਈਨਸ ਕਰਦੇ ਹਾਂ ਰੂਟ 3/2 ਨੂੰ ਸੋ ਸਾਡੇ ਕੋਲ ਕੀ ਆਉਂਦਾ ਹੈ ਦੇਖੋ ਪਲੱਸ ਮਾਈਨਸ 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 ਪਲੱਸ ਸਾਈਨ ਕਾਹਦਾ ਆਉਂਦਾ ਸਾਡੇ ਕੋਲ ਮਾਈਨਸ ਦਾ ਸਾਡੇ ਕੋਲ ਮਾਈਨਸ ਆ ਗਿਆ ਅਤੇ ਪਲੱਸ ਕੀਤਾ ਸਾਡੇ ਕੋਲ ਹੈਗਾ ਰੂਟ 3/2 ਸੋ ਦੇਖੋ ਸਾਡੇ ਕੋਲ ਰੂਟ ਜਿਹੜੇ ਆ ਦੋਵੇਂ ਸੇਮ ਆ ਜਾਂਦੇ ਆ ਨਾ ਸੋ ਜਿਸ ਤਰ੍ਹਾਂ ਅਸੀਂ ਇੱਥੇ ਕਹਿ ਸਕਦੇ ਜਦੋਂ ਸਾਡੇ ਕੋਲ ਡੀ ਬਰਾਬਰ 0 ਹੋਏਗਾ ਸਾਡੇ ਕੋਲ ਰੂਟ ਜਿਹੜਾ 1 ਆਵੇਗਾ 1 ਦਾ ਮਤਲਬ ਕਿ ਸਾਡੇ ਕੋਲ ਦੇਖੋ ਰੂਟ ਤਾਂ 2 ਨਿਕਲੇ ਪਰ ਉਹਨਾਂ ਦੀ ਵੈਲਿਊ ਜਿਹੜੀ ਸੀ ਰੂਟ ਮਾਈਨਸ ਰੂਟ 3/2 ਹੀ ਆਉਂਦੀ ਹੈ ਸੋ ਇਹ ਸੀ ਸਾਡਾ ਕੋ 4.3x ਦਾ ਕੁਐਸਚਨ ਫਸਟ ਦਾ ਪਾਰਟ ਨੰਬਰ 3 ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ ਕੁਐਸਚਨ ਨੰਬਰ 4 ਦੇ ਨਾਲ ਥੈਂਕ ਯੂ